ਮੈਨੂੰ ਪਰਸੋਂ ਦਾ ਫੋਨ ਤੇ ਫੋਨ ਆਈ ਜਾਂਦਾ ਭਾਨਾ ਜਾ ਭੈੜਾ ਬਹੁਤ ਉਹਦਾ ਠਾਣੇ ਉੱਠ ਗਿਆ ਗਾ ਉਹ ਕੀ ਕਹਿੰਦਾ ਉਹਦਾ ਕਹਿੰਦਾ ਬਈ ਨਹੀਂ ਤਾਂ ਸਾਡੇ ਪੈਸੇ ਮੁੜ ਠੀਕ ਆ ਉਹਦਾ ਕਹਿੰਦਾ ਨਹੀਂ ਤੁਹਾਡਾ ਐਸਾ ਜਲੂਸ ਕੱਢਾਂਗੇ ਤੁਸੀਂ ਯਾਦ ਰੱਖੋਗੇ ਕਹਿੰਦੇ ਜਨਤਾ ਲਵਾ ਦਾਂਗੇ ਤੁਹਾਡੇ ਦਫ਼ਤਰ 'ਚ ਉਹ ਯਾਰ ਚੰਗਾ ਭਲਾ ਕੰਮ ਚੱਲਦਾ ਸੀ ਮਸਾਂ ਪੈਸੇ ਬਣਾਏ ਸੀ ਹੁਣ ਆਹ ਵਿੱਚ ਪੰਗਾ ਖੜਾ ਕਰ ਲਿਆ ਇਹਨੇ ਉਹ ਯਾਰ ਕੀ ਕਰੀਏ ਇਹ ਤਾਂ ਨਹੀਂ ਮੈਂ ਤੁਹਾਨੂੰ ਦੱਸਦੀ ਆਪਾਂ ਨੂੰ ਰੋਟੀਆਂ ਜਿਹੜੀਆਂ ਸਿੱਕਦੀਆਂ ਨਾ ਇਹਨੇ ਉਹ ਬੰਦ ਕਰਾ ਦੇਣੀਆਂ ਆਪਣਾ ਚੰਗਾ ਭਲਾ ਕੰਮ ਚੱਲਦਾ ਇਹਦਾ ਫਿਰ ਹੱਲ ਕੀ ਕਰੀਏ ਉਹ ਕੱਢ ਹੱਲ ਫਿਰ ਆਪਾਂ ਐਂ ਕਰਦੇ ਹਾਂ ਮੈਂ ਤਾਂ ਕਹਿੰਦਾ ਆਪਾਂ ਇਹਨਾਂ ਦੇ ਘਰੇ ਨਾ ਚੱਲੀਏ ਘਰੇ ਜਾ ਕੇ ਗੱਲ ਕਰ ਲੈਂਦੇ ਹਾਂ ਹੁਣ ਇਹ ਗੱਲ ਨਿਬੜ ਕੇ ਗੱਲ ਵੱਧ ਗਈ ਤਾਂ ਪੰਗਾ ਪੈ ਜਾਉ ਪੰਗਾ ਕੀ ਯਾਰ ਆਪਾਂ ਐਂ ਕਰਾਂਗੇ ਨਾ ਘਰੇ ਜਾ ਕੇ ਇਹਨਾਂ ਨੂੰ ਉਬੜਿਆ ਲਾਂਗੇ ਜੇ ਪੰਗਾ ਪੈਣ ਲੱਗਿਆ ਅੱਧੇ ਕੇ ਮੋੜ ਦਾਂਗੇ ਅੱਧੇ ਕੇ ਰੱਖ ਲਾਂਗੇ ਸਮਝ ਲਾਂ ਤੂੰ ਉਹ ਪੈਸੇ ਕਾਹਨੂੰ ਮੋੜਨੇ ਆ ਜਿਹੜੇ ਹੈਗੇ ਸੀ ਖਰਚ ਲਏ ਜਾਂ ਤਾਂ ਇਹਨਾਂ ਨੂੰ ਡੌਂਕੀ ਦੁਆਰੇ ਲਵਾਉਣੀ ਪਊ ਨਹੀਂ ਦੇ ਨਹੀਂ ਡੌਂਕੀ ਨਹੀਂ ਲੱਗਦੀ ਤੇ ਪੈਸੇ ਤਾਂ ਬਈ ਅਗਲੇ ਲੈ ਕੇ ਛੱਡਣਗੇ ਨਹੀਂ ਆਪਣੇ ਤੈਨੂੰ ਪਤਾ ਤਾਂ ਹੈਗਾ ਪੈਸੇ ਦਾ ਆਪਾਂ ਸਾਰੇ ਖਰਚ ਬੈਠੇ ਨਹੀਂ ਝੋਲਾ ਚੁਕਾ ਦੇਣਗੇ ਫਿਰ ਆਪਣਾ ਤੂੰ ਐਂ ਕਰ ਮੇਰੀ ਗੱਲ ਤਾਂ ਆਪਾਂ ਚੱਲਦੇ ਉਹਨਾਂ ਦੇ ਘਰੇ ਗੱਲਬਾਤ ਕਰਦੇ ਆ ਬੰਨਦੇ ਆ ਚੱਲ ਆ ਠੀਕ ਆ ਪੇਪਰ ਸਾਂ ਉੱਥੇ ਸਾਰੇ ਪੇਪਰ ਨਾ ਉਹ ਚ ਪਾ ਦੇ ਫਾਈਲ ਚ ਪਾ ਕੇ ਰੱਖ ਉਹਦਾ ਕੋਈ ਨਵਾਂ ਪਾ ਦੇਣਾ ਤੇ ਉਹ ਚੱਲ ਠੀਕ ਲਾਉਂਦੇ ਆ ਸੁੰਦਰ ਨਹੀਂ ਮੈਂ ਤੈਨੂੰ ਗੱਲ ਦੱਸਦੀ ਵੀ ਉਹਨਾਂ ਨੇ ਆਪਾਂ ਨੂੰ ਛੱਡਣਾ ਕਿਸੇ ਚੱਲ ਚੱਲੀਏ ਉਹੀ ਕੰਮ ਨਿਬੇੜ ਪਹਿਲਾਂ ਬਾਕੀ ਫੇਰ ਕਰਦੇ ਆ ਤੂੰ ਕਰਦੇ ਨਹੀਂ ਆਪਣੀ ਉਹ ਠੀਕ ਬੰਨਣਾ ਜਾਂ ਤਾਂ ਫੋਨ ਲਾ ਕੇ ਸਿੱਧੀ ਤਾਂ ਕੀ ਦਿੰਦਾ ਕਹਿੰਦਾ ਨਹੀਂ ਮੈਂ ਰਗੜ ਦੂੰਗਾ ਨਾ ਠੀਕ ਆ ਠੀਕ ਆ ਓਕੇ ਸਾਰਾ ਚੱਲ ਮੈਂ ਆਪ ਕਾਗਜ਼ ਪੱਤਰ ਰੱਖਦਾ ਤੁਸੀਂ ਚਲੋ ਗੱਡੀ ਕੱਢੋ ਚੱਲ ਮੈਂ ਤੇ ਆਪਾਂ ਚੱਲਦੇ ਆ ਫਿਰ ਠੀਕ ਆ ਜਾ ਚਲੋ ਬਸ ਆ ਮੇਰਾ ਸਾਹਮਣਾ ਇੱਥੇ ਚਲੋ ਬੇ ਪਾਪਾ ਬੇ ਪਾਪਾ ਆਪਾਂ ਤਾਂ ਲੁੱਟੇ ਗਏ ਵੇ ਬਹਿ ਗਿਆ ਬੇੜਾ ਇਹਨਾਂ ਏਜੰਟਾਂ ਦਾ ਘਰ ਵੀ ਖਾ ਲਿਆ ਜ਼ਮੀਨ ਵੀ ਖਾ ਲਈ ਬੇ ਸਾਰਾ ਸੰਦ ਸੰਦੇੜਾ ਆਪਣਾ ਤਾਂ ਵਿਕ ਗਿਆ ਕੀ ਕਰੀਏ ਹੁਣ ਓਏ ਪੂਟੋ ਤੂੰ ਹੀ ਕਹਿੰਦੀ ਮੈਂ ਅਮਰੀਕਾ ਜਾਣਾ ਪ੍ਰਾਹੁਣੇ ਨਾਲ ਉੱਥੇ ਜਾ ਕੇ ਅਸੀਂ ਵਿਆਹ ਕਰਾਵਾਂਗੇ ਉੱਥੇ ਜਾ ਕੇ ਲੈਂਬਰ ਚਿੰਮੀ 'ਚ ਘੁੰਮਾਂਗੇ ਪਤਾ ਨਹੀਂ ਕਿਹੜੀ ਕਿੰਮੀ 'ਚ ਘੁੰਮਾਂਗੇ ਲੈ ਘੁੰਮ ਲੈ ਹੁਣ ਬੇ ਮੈਨੂੰ ਕੀ ਪਤਾ ਸੀ ਵੀ ਇਹ ਏਜੰਟ ਠੱਗ ਨਿਕਲੂਗਾ ਮੈਂ ਤਾਂ ਕਹਿਣੀ ਆ ਬਹਿ ਜੇ ਬੇੜਾ ਇਹਨਾਂ ਦਾ ਮਰ ਜਾਣ ਪੁੱਤ ਜਿਹੜੇ ਕਿਸੇ ਨਾਲ ਠੱਗੀ ਠੋਰੀ ਕਰਦੇ ਨੇਗੇ ਤੇ ਪੈਸਾ ਬਰਬਾਦ ਕਰਦੇ ਗਰੀਬ ਲੋਕਾਂ ਦਾ ਤੇ ਵੀਜ਼ਾ ਫੇਰ ਨਹੀਂ ਲਵਾ ਕੇ ਦਿੰਦੇ ਇਹ ਓਏ ਆਹੀ ਗੱਲ ਕਰਦੇ ਆ ਭੂਟੋ ਪੁੱਤ ਜਦੋਂ ਆਪਾਂ ਨੇ ਇੰਨਾ ਰੁਪਈਆ ਦੇਤਾ ਵੀ ਮੇਰੇ ਸਾਲੇ ਫੇਰ ਤਾਂ ਸਾਨੂੰ ਅਮਰੀਕਾ ਪਹੁੰਚਾ ਦਿਓ ਇੰਨਾ ਪਾਪਾ ਕੀ ਕਰੀਏ ਹੁਣ ਕਿੱਥੇ ਜਾਵਾਂਗੇ ਆਪਾਂ ਗਰੀਬੀ ਨੇ ਦੱਬਲੇ ਔਖਾ ਹੋ ਗਿਆ ਜੇ ਮੇਰੇ ਸਾਲੇ ਕਿਤੇ ਮੈਨੂੰ ਮਿਲ ਜਾਣ ਨਾ ਲੱਤ ਤੇ ਲੱਤ ਧਰ ਕੇ ਪਾੜ ਦੂੰ ਭੂਟੋ ਦੇਖਦੀ ਜਾ ਤੂੰ ਲੈ ਆਹ ਪ੍ਰਾਹੁਣਾ ਵੀ ਆ ਗਿਆ ਕਿਵੇਂ ਆ ਪਾਪਾ ਕਿਵੇਂ ਜੀਜਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁੱਛਣਾ ਮੈਂ ਤਾਂ ਮੇਰੀ ਗੱਲ ਸੁਣ ਦਫ਼ਤਰ ਗਿਆ ਉੱਥੇ ਮੇਰੇ ਸਾਲੇ ਦਫ਼ਤਰ ਬੰਦ ਕਰੀ ਬੈਠੇ ਆ ਲੈ ਲੈ ਇਹਨਾਂ ਦੀ ਨਿਕਲੀ ਨਾ ਫੇਰੇ ਉਹ ਜਦੋਂ ਤੁਹਾਨੂੰ ਅਸੀਂ ਪੈਸੇ ਦੇ ਰਹੇ ਹਾਂ ਠੀਕ ਹੈ ਨਾ ਆਫਟਰ ਆਲ ਪੇਮੈਂਟ ਤੁਹਾਨੂੰ ਦੇ ਰਹੇ ਹਾਂ ਸਾਲੇ ਉਹ ਸਾਨੂੰ ਵਧੀਆ ਗਤੀਵਿਧੀ ਨਾਲ ਸਹੀ ਪਹੁੰਚਾਓ ਠੀਕ ਹੈ ਨਾ ਸਾਡੀ ਤਾਂ ਗਤੀਵਿਧੀ ਮੇਰੇ ਸਾਲਿਆਂ ਨੇ ਨਹਿਰ 'ਤੇ ਤੋਰ ਕੇ ਹੀ ਸਾਡੀ ਗਤੀਵਿਧੀ ਦਾ ਕੰਮ ਕਰਤਾ ਪ੍ਰਾਹੁਣੇ ਆ ਪੈਰ ਨਾ ਐਂ ਸੁੱਜੇ ਪਏ ਨੇ ਇੰਨਾ ਕੋਈ ਤੁਰਦਾ ਹੁੰਦਾ ਕਿਤੇ ਪਾਪਾ ਓਏ ਪਾਪਾ ਓਏ ਪਾਪਾ ਤੂੰ ਤਾਂ ਫੇਰ ਬੁੜਾ ਮੈਂ ਕੱਲ੍ਹ ਦਾ ਜਵਾਕ ਹਾਂ ਮੇਰੇ ਸੋਚ ਕੇ ਸਾਡੇ ਤੁਰ ਤੁਰ ਕੇ ਸੋਚ ਕੇ ਅੱਛਾ ਟੈਂਕੀ ਦੇ ਪੈਸੇ ਮੁੜ ਗਏ ਕਿ ਨਹੀਂ ਮੈਂ ਲਾ ਕੇ ਦੇਖਦੀ ਹਾਂ ਉਹਨੂੰ ਫੋਨ ਟੈਂਕੀ ਨੂੰ ਵੇਖ ਟੈਂਕੀ ਨਾਲ ਹੋ ਸਕਦਾ ਗੱਲ ਹੋਈ ਹੋਵੇ
ਠੀਕ ਹੈ ਨਾ, ਐ ਨਹੀਂ ਪਾਪਾ ਕਰਨਾ ਚਾਹੀਦਾ, ਠੀਕ ਹੈ ਨਾ। ਲੈ ਕੁੜੀ ਕੁੜੀ ਕਹਿੰਦੀ ਸੀ ਮੇਰੀ ਮਾਂ ਦੇ ਗਹਿਣੇ ਕੱਟੇ ਵੇਚੇ ਨੇ ਸਾਰੇ। ਹਾਏ ਪਾਪਾ, ਹਾਏ ਪਾਪਾ, ਠੀਕ ਆ ਤੁਸੀਂ ਪੈਸੇ ਲਓ। ਹੈਲੋ ਟੈਂਕੀ, ਹਾਂ ਤੇ ਮੈਂ ਬੋਲਦੀ ਹਾਂ ਕਿ ਭੂਟ, ਤੇ ਤੇਰੇ ਪੈਸੇ ਵਾਪਸ ਹੋ ਗਏ ਏਜੰਟ ਤੋਂ? ਮੰਜੀ ਠੋਕਣੀ ਚਾਹੀਦੀ ਆ, ਮੁੜ ਕੇ ਕਿਸੇ ਹੋਰ ਨਾਲ ਨੀ ਕਰਨਗੇ। ਨਹੀਂ ਪਾਪਾ, ਜਦੋਂ ਜਿਹੜੀ ਗਤੀਵਿਧੀ ਸਹੀ ਕਰ, ਪਾਪਾ ਜਦੋਂ ਗੱਲਾਂ ਕਰਦੇ ਨੇ ਐ ਲੱਗਦਾ ਵੀ ਮੈਂ ਪਾਪਾ ਫੋਟੋ ਪਹਿਲੇ ਦਿਨ ਦਫ਼ਤਰ ਚ ਗਏ ਆ, ਮੇਰੇ ਸਾਲੇ ਸਾਨੂੰ ਕਹਿੰਦੇ ਵੀ ਇੱਥੋਂ ਤੁਹਾਨੂੰ ਅਸੀਂ ਲਿਜਾਵਾਂਗੇ ਆਪਣਾ ਪੁਰਤਗਾਲ, ਪੁਰਤਗਾਲ ਤੋਂ ਲਿਜਾਵਾਂਗੇ ਤੁਹਾਨੂੰ ਪਤਾ ਨਹੀਂ ਕਿਤੇ ਹੋਰ, ਉੱਥੋਂ ਕਿਤੇ ਹੋਰ, ਉੱਥੋਂ ਕਿਤੇ ਮਸਕੀਕੋ, ਮਸਕੀਕੋ ਤੋਂ ਅਸੀਂ ਤੁਹਾਨੂੰ ਬਾਰਡਰ ਪਾ ਦਾਂਗੇ ਅਮਰੀਕਾ ਜਾ ਵੜੋਗੇ, ਅਮਰੀਕਾ ਤੁਹਾਡਾ ਬਾਉਂਡ ਭਰਿਆ ਜਾਊਗਾ, ਨਾਲ ਦੀ ਨਾਲ ਤੁਸੀਂ ਘਰ ਲੈ ਲਿਓ। ਮੇਰੇ ਸਾਲੇ ਨੇ ਪਾਪਾ ਸਾਨੂੰ ਗੱਲਾਂ ਦੋਨੇ ਸੁਪਨੇ ਦੇ ਵਿੱਚ ਨਾ, ਨੀਲੇ ਰੰਗ ਦੀ ਕਿਹੜੀ ਸੀ ਉਹ ਜੀ, ਆਪਣੇ ਦੋਨੋਂ ਲੈਂਬਰਗਿਨੀ ਦੇ ਵਿੱਚ ਅਸੀਂ ਤਾਂ ਪਾਪਾ ਝੂਟੇ ਲੈਣ ਲੱਗ ਗਏ ਜੀ ਸੁਪਨਿਆਂ 'ਚ। ਪੈਮ ਤਾਂ ਕਿਹੜੀ ਕਾਫੀ ਚੱਕੀ ਆ ਤੂੰ? ਫਰੈਂਚ ਮੜੀ ਲਈ ਆ ਛੋਡਲੇ, ਮਿੱਤਰ ਅੰਗਰੇਜ਼ੀ ਚ ਪੁੱਛਿਆ ਕਰ ਜੀ ਜਿਆ ਯਾ ਹੋ। ਪਾਪਾ ਮੇਰੀ ਗੱਲ ਸੁਣ, ਉਹ ਤਾਂ ਫਿਰ ਬੰਦੇ ਦਾ ਖਹਿੜਾ ਨਹੀਂ ਸੜਦੇ, ਫੋਨ ਲਾਈ ਜਾਂਦੇ ਆ। ਮੈਨੂੰ ਲਾ ਕੇ ਦੇਖਣ ਦੇ ਫੋਨ, ਲੈ ਏਜੰਟ ਨੂੰ ਲਾ, ਉਹਨੂੰ ਲਾ ਲਾ ਭਾਂਡਿਆ ਲਾ। ਰਹਿੰਗ ਗਈ ਪਾਪਾ। ਹੈਲੋ, ਮੈਂ ਤੁਹਾਡਾ ਪ੍ਰਾਹੁਣਾ ਬੋਲਦਾ ਸੱਜਰਾ। ਉਹ ਮੇਰੇ ਸਾਲਿਓ ਤੁਹਾਡਾ ਬਹਿਜੇ ਬੇੜਾ ਵੇ, ਅਸੀਂ ਤੁਹਾਨੂੰ ਪਰ ਪਰਸਨ 20-20 ਲੱਖ ਰੁਪਇਆ ਦਿੱਤਾ। ਮੇਰੇ ਸਾਲਿਓ ਅਸੀਂ ਤਾਂ ਘਰ ਬਾਰ ਵੀ ਵੇਚ ਲਿਆ ਸਾਰਾ ਕੁਛ, ਨਾ ਸਾਨੂੰ ਤੁਸੀਂ ਅਮਰੀਕਾ ਪਹੁੰਚਾਇਆ, ਅਸੀਂ ਤਾਂ ਯਾਰ ਬੇਘਰ ਹੋਏ ਬੈਠੇ ਹਾਂ ਬਈ। ਸੋਚੋ ਮਾੜਾ ਜਿਹਾ ਯਾਰ, ਹੈਂ ਅੱਛਾ ਥਾਣੇ ਰਿਪੋਰਟ ਦੇ ਆਏ ਹਾਂ ਅਸੀਂ, ਉੱਤ ਜਦੋਂ ਵਧਿਆ ਨਾ ਵੱਜਿਆ ਪੁਲਿਸ ਦਾ ਪਟਾ, ਤੂੰ ਤਾਂ ਮੇਰੇ ਸਾਲਾ ਥੁੱਕ ਲਾ ਲਾ ਕੇ 500-500 ਦੇ ਦੇਗਾ। ਜੇ ਥਾਣੇ ਵਾਲੇ ਨੇ ਨਾ ਕੁਛ ਕਰਿਆ ਬਾਹਰ 'ਚ ਧਰਨਾ ਲਾ। ਜੀ ਇੱਕ ਮਿੰਟ, ਮੇਰੇ ਭਾਪੇ ਨੇ ਗੱਲ ਕਰੋ, ਮੇਰੇ ਭਾਪੇ ਨੇ ਗੱਲ ਕਰੋ। ਤੇ ਪਾਪਾ ਧਰਨਾ ਠੋਕਦਾ ਨਹੀਂ? ਲੈ ਯਾਰ, ਮੇਰਾ ਫਾਦਰ ਇਲਾ ਜੀ ਨੂੰ ਨਾਲ ਭੇਜਿਆ ਸੀ, ਲੈ ਪਾਪਾ ਗੱਲ ਕਰ। ਗੱਲ ਸੁਣ ਲੈ ਮੁੰਡਿਆ, ਹੁਣ ਕੰਨ ਖੋਲ ਕੇ ਮੇਰੀ, ਜੇ ਥਾਣੇ ਵਾਲਿਆਂ ਨੇ ਵੀ ਕੁਛ ਨਾ ਕਰਿਆ ਤੁਹਾਡੇ ਬਾਹਰ 'ਚ ਆ ਕੇ ਧਰਨਾ ਦੇਵਾਂਗੇ। ਆ ਜਿਹੜੀ ਤੁਸੀਂ ਦੁਕਾਨ ਜੀ ਪਾਈ ਆ ਨਾ ਲੁੱਟਣ ਵਾਲੀ, ਮੇਰੇ ਸਾਲੀ ਦੀ ਨੂੰ ਟੋਟੇ ਟੋਟੇ ਕਰ ਦੂੰਗਾ ਮੈਂ। ਹਾਂ ਇਹਨੂੰ ਦੱਸਿਆ, ਹਾਂ ਹੋ ਜਾ ਸਿਆਰ। ਕੀ ਜਮਾਈ ਦਾ? ਹਾਂ ਤੂੰ ਕਰ। ਹੈਲੋ ਦੇਖ ਬਾਈ, ਹਲੇ ਮੇਰੀ ਗੱਲ ਸੁਣੋ, ਥਾਣੇ ਨੂੰ ਵੀ ਅਸੀਂ ਰਿਪੋਰਟ ਦੇ ਸੀ, ਹਲੇ ਨਾ ਮੇਰੀ ਬਦਮਾਸ਼ੀ ਸੁੱਤੀ ਪਈ ਆ। ਤੁਸੀਂ ਇਹ ਸ਼ੁਕਰ ਕਰੋ, ਜੇ ਮੇਰੀ ਬਦਮਾਸ਼ੀ ਜਾਗ ਪਈ, ਬੰਦੇ ਦਾ ਬੰਦਾ ਬੁੜੀਆਂ ਵੀ ਮਾਰਦੀ, ਕਰਕੇ ਦਿਖਾਵਾਂਗੇ ਪੁੱਤ, ਕੋਈ ਨਹੀਂ ਖੜ ਜਾ ਫਿਰ, ਸਾਡੇ ਕੋਲ ਹੱਲ ਹੈਗਾ ਹੱਲ। ਅੱਛਾ ਆ ਜਾਓ। ਹਾਂ ਜਿਹੜੇ ਇਹ ਭੋਲੇ ਭਾਲੇ ਲੋਕਾਂ ਨੂੰ ਠੱਗਦੇ ਆ। ਫੋਟੋ ਦੁਬਾਰਾ ਫਿਰ ਮੇਰਾ ਚਾਰ ਕੇ ਗਾਲਾਂ ਕੱਢਣ ਨੂੰ ਜੀ ਕਰਦਾ ਲਾਈ ਕਰਾਂ। ਪਾਪਾ ਮੈਨੂੰ ਰੋਕੀ ਨਾ, ਅੱਜ ਮੇਰਾ ਨਾ ਮੇਰਾ ਸਾਲਾ ਚੰਡਾਲ ਚੜਿਆ ਵਾ, ਮੈਂ ਤਾਂ ਕਹਿੰਦਾ ਗੱਲ ਸੁਣ ਪਾਪਾ,
ਪਾ ਕਰਾਂ ਘੋੜੀਆਂ ਤੇ ਕਾਠੀਆਂ ਤੇ ਚੱਕ ਲਾ ਡੋਗਰਾ ਬੰਦੂਕ ਅੰਨੇ ਬਹਾਦਰ ਥੱਲੀ ਬਚਾਉਂਦੇ ਜਾਈਏ ਕਿ ਨਹੀਂ ਪਾਪਾ ਤੂੰ ਗੱਲ ਕਰ ਦੇ ਦੋ ਚਾਰ ਗਾਲਾਂ ਹੋਰ ਮੰਮੀ ਆ ਡੈਡੀ ਹੈ ਨੀ ਦਰ ਦਰ ਘੁੰਮਦੀ ਫਿਰਦੀ ਆ ਕੋਈ ਬੇਫਿਕਰ ਹੱਲ ਕਰਾਂਗੇ ਕੋਈ ਇਹਦਾ ਕਿੰਨਾ ਲੈ ਗਏ 30 ਲੱਖ ਦੇ ਤੋਂ 30 ਲੱਖ ਲੈ ਗਏ ਕਰੋੜ ਰੁਪਇਆ ਵੱਟ ਕੇ ਘਰੇ ਭੈਣੇ ਤੂੰ ਬੇਫਿਕਰ ਹੈ ਤੇਰਾ ਭਾਨਾ ਭਾਰਾ ਤੇਰੇ ਨਾਲ ਖੜਾ ਤੇਰੇ ਭਾਨਾ ਪੈਸੇ ਵਾਪਸ ਕਰਵਾਦੇ ਮੈਂ ਕਹਿੰਦਾ ਯਾਰ ਗੱਲ ਸੁਣ ਇਹ ਭਾਨੇ ਦਾ ਵਾਅਦਾ ਨਹੀਂ ਮੈਂ ਇੱਕ ਭਾਨਾ ਹੋਰ ਜੋੜ ਦੂੰ ਠੀਕ ਹੈ ਨਾ ਠੀਕ ਹੈ ਤੁਸੀਂ ਪੈਸੇ ਲਾਓ ਪੈਸੇ ਲੈ ਕੇ ਅਗਲੇ ਨੂੰ ਸਹੀ ਸਲਾਮਤ ਪਹੁੰਚਾਓ ਅਸੀਂ ਦੋ ਵਾਰੀ ਭੂਟੋ ਦੇ ਸੱਪ ਲੜ ਜਾਣੇ ਸੀ ਉਹਦੇ ਜਿੱਦਾਂ ਤੂੰ ਪਿੱਛੇ ਰਹਿ ਗਿਆ ਮੇਰਾ ਸਾਲਾ ਸਾਨੂੰ ਨਹਿਰ ਤੇ ਛੱਡ ਗਿਆ ਤੇਰਾ ਬਹਿ ਜੇ ਬੇੜਾ ਮੇਰੇ ਥਲੇ ਮਗਰ ਮੱਛ ਨੇ ਲੱਤ ਫੜ ਲੈਣੀ ਸੀ ਮੇਰੀ ਅਰੇ ਮੇਰੇ ਥਲੇ ਦੀ ਤੇ ਫਰਕ ਪੈ ਗਈ ਮੇਰਾ ਗੱਡੀ ਖੜ ਗਈ ਓਏ ਮੈਨੂੰ ਤਾਂ ਇਹ ਜੱਟ ਲੱਗ ਗਈ ਹੈ ਉਹ ਹੀ ਲੱਗਦਾ ਵਾ ਆ ਜਾਓ ਸਰ ਆ ਜਾਓ ਦੇਖੀ ਸਰ ਜੀ ਆ ਤਾਂ ਸਾਰੇ ਇਕੱਠੇ ਹੋਏ ਪਏ ਅੱਜ ਆ ਤਾਂ ਸਾਰੇ ਇਕੱਠੇ ਹੋਏ ਬੈਠੇ ਆ ਚੱਲ ਕੋਈ ਨਾ ਮੈਨੂੰ ਲੱਗਦਾ ਕੁੱਟਣਗੇ ਯਾਰ ਮੈਨੂੰ ਵੀ ਐਂ ਲੱਗਦਾ ਉਹ ਭਾਨਾ ਜਿਹਾ ਦੇਖਦਾ ਸਹੀ ਉਹ ਰੱਖੀ ਬੈਠਾ ਕੋਲੇ ਟੰਬਾ ਜਿਹਾ ਉਹ ਮੈਂ ਤਾਂ ਐਂ ਹੈਰਾਨ ਆ ਉਹ ਤਾਂ ਪਹਿਲਾਂ ਹੀ ਕਿਸਾਨ ਯੂਨੀਅਨ ਵਾਲੀ ਪੱਗ ਬੰਨੀ ਬੈਠਾ ਯਾਰ ਕੁੱਟਣਗੇ ਮੈਂ ਤੈਨੂੰ ਦੱਸਦਾ ਮੈਂ ਤਾਂ ਕਹਿੰਦਾ ਯਾਰ ਮੁੜ ਚੱਲਦੇ ਆ ਨਹੀਂ ਗੱਲ ਤਾਂ ਕਰਨੀ ਜ਼ਰੂਰੀ ਹੈ ਯਾਰ ਜੇ ਕੁੱਟ ਗਏ ਕੋਈ ਆਈ ਨਹੀਂ ਪੈਂਦੀ ਆ ਕੱਢਦੇ ਆ ਹੱਲ ਤੇਰੀ ਜ਼ਿੰਮੇਵਾਰੀ ਆ ਹਾਂ ਯਾਰ ਮੈਨੂੰ ਤਾਂ ਡਰ ਲੱਗੀ ਜਾਂਦਾ ਯਾਰ ਵੱਢਣਗੇ ਏਜੰਟ ਆ ਜਾਓ ਪਰ ਠੰਡੇ ਰਹੋ ਇੱਕ ਨਹੀਂ ਠੰਡੇ ਰਹੋ ਆ ਜਾਓ ਨੰਗੇ ਆਓ ਹੋਰ ਜੀ ਕੀ ਹਾਲ ਹੈ ਵੀ ਨਹੀਂ ਚੱਕਦਾ ਤੁਸੀਂ ਠੀਕ ਹੈ ਨਾ ਤੂੰ ਉਧਰ ਬੈਠ ਤੂੰ ਇੱਥੇ ਬੈਠ ਜੀ ਆਏ ਆ ਬੀਜੀ ਹੁੰਨੇ ਆ ਵੀ ਬੈਠ ਇੱਥੇ ਆ ਕੇ ਯਾਰ ਮੈਂ ਕਿਹਾ ਪਾਪਾ ਇੱਥੇ ਬਹਿ ਜਾ ਬੈਠ ਤੂੰ ਆ ਕੇ ਇੱਥੇ ਬਹਿ ਜਾ ਪਾਪਾ ਨਹੀਂ ਮੇਰੀ ਗੱਲ ਸੁਣ ਏਜੰਟ ਸਾਹਿਬ ਆ ਦੇਖਾ ਟੈਂਕੀ ਆ ਹੈ ਨਾ ਇਹਦੇ ਨਾਲ ਵੀ ਤੁਸੀਂ ਠੱਗੀ ਮਾਰੀ ਇਹ ਪਹਿਲਾਂ ਸਾਡੇ ਕੋਲੇ ਝੂਠ ਬੋਲੇ ਕਹਿੰਦੀ ਮੈਨੂੰ ਤਾਂ ਜਲੰਧਰ ਦੇ ਏਜੰਟ ਨੇ ਫਿਰ ਜਦੋਂ ਪਤਾ ਲੱਗਿਆ ਨੰਬਰ ਮਿਲਾਏ ਉਹ ਵੀ ਤੇਰਾ ਨਿਕਲਿਆ 60 ਲੱਖ ਰੁਪਈਆ ਅਸੀਂ ਦਿੱਤਾ ਤੂੰ ਕਿੰਨਾ ਦਿੱਤਾ ਫਿਰ ਦੱਸ ਇੰਨੇ ਇੰਨੇ ਪੈਸੇ ਲੈ ਕੇ ਤੁਸੀਂ ਮਾਰ ਕੇ ਠੱਗੀਆਂ ਮੇਰੇ ਉਹ ਸਾਰਕੜਿਓ ਪੈਸੇ ਲੈਂਦੇ ਆ ਕੰਮ ਤਾਂ ਕਰੋ ਮੈਂ ਮੇਰੀ ਸਾਲੀ ਨਾਲ 100-100 ਸੁਪਨੇ ਸਜਾ ਲਏ ਠੀਕ ਹੈ ਨਾ ਹੁਣ ਤੁਸੀਂ ਮੈਨੂੰ ਐਂ ਦੱਸੋ ਵੀ ਅਸੀਂ ਕਿਸਾਨ ਯੂਨੀਅਨ ਨਾਲ ਵੀ ਕਰ ਲਈ ਗੱਲ ਠੀਕ ਹੈ ਅਸੀਂ ਤੇਰੇ ਦਫ਼ਤਰ ਮੂਹਰੇ ਧਰਨਾ ਦੇਵਾਂਗੇ ਠੀਕ ਹੈ ਤੇਰਾ ਕੱਢਾਂਗੇ ਜਲੂਸ ਨਾਲੇ ਪਾਵਾਂਗੇ ਥਾਣੇ ਪਰਚਾ ਸਾਨੂੰ ਤਾਂ ਸਾਡੇ ਪੈਸੇ ਮੋੜਦਾ ਜਾਂ ਫਿਰ ਚਕਰ ਚੂੰਡਾ ਕਰਾਉਣਾ ਨਾਲੇ ਗੱਲ ਸੁਣ ਲੈ ਸਾਡਾ ਸਾਰਾ ਪਿੰਡ ਇਹਨਾਂ ਦਾ ਸਾਰਾ ਪਿੰਡ ਸਾਰੇ ਸਾਡੇ ਨਾਲ ਖੜੇ ਨੇ ਜੇਲ ਬਣਾ ਦੇਵਾਂਗੇ ਅਸੀਂ ਪਹਿਲਾਂ ਤਾਂ ਥੋੜੀ ਕਰਾਂਗੇ ਅਸੀਂ ਗਿੱਦੜ ਕੁੱਟ ਫੇਰ ਕਰਾਂਗੇ ਤੁਹਾਡਾ ਚਕਰ ਚੂੰਡਾ ਫੇਰ ਮੇਰੇ ਉਹ ਸਾਲੇ ਟੋਟੇ ਟੋਟੇ ਕਰਕੇ
ਤੁਹਾਡੇ ਮੀਟ ਦਾ ਮੈਂ ਸਾਰੇ ਪਿੰਡ ਚੱਲਿਆ ਮੇਰੇ ਸਾਰੇ, ਤੁਹਾਨੂੰ ਪਤਾ ਲੱਗ ਜੇ ਵੀ ਗਤੀਵਿਧੀ ਹੁੰਦੀ ਕੀ ਹੈ। ਠੱਗ ਆ ਮੇਰੇ ਸਾਲੇ, ਠੱਗੀਆਂ ਮਾਰਦੇ ਆ। ਮੇਰੀ ਗੱਲ ਸੁਣੋ ਭਾਨਾ ਸਿੰਘ ਜੀ, ਜੰਗਲ ਜਾਣਾ ਤੇ ਜੰਗਲ ਮੇਰੇ ਸਾਲੇ ਸਾਨੂੰ ਨਹਿਰ ਤੇ ਛੱਡ ਗਏ, ਅਸੀਂ ਪੂਨਾਮਾ ਦਾ ਜੰਗਲ ਸਮਝ ਕੇ ਤੁਰੇ ਗਏ, ਭੂਟੋ ਦੇ ਦੁਆਰੀ ਸਨੈਕਸ ਡੰਗ ਸਮਾਰਨਾ ਸੀ। ਗੱਲ ਸੁਣੋ ਏਜੰਟ ਹੈ, ਗੱਲ ਸੁਣੋ ਏਜੰਟ ਹੈ, ਅਸੀਂ ਮੇਰੇ ਸਾਲੇ ਦੇ ਨਹਿਰ ਦੇ ਕੰਢੇ ਤੇ ਚਲੋ ਚਾਰ ਚਲੋ ਚਾਰ, ਸਾਨੂੰ ਲੱਗ ਰਿਹਾ ਪੂਨਾਮਾ ਦਾ ਜੰਗਲ ਹੈ। ਮੇਰੇ ਸਾਲੇ ਦੀ ਨਹਿਰ ਸੁੱਕੀ, ਕਦੇ ਕ੍ਰੋਸ ਕਰ, ਕਦੇ ਵਿੱਚ ਵੜ, ਭੂਟਾ ਨੂੰ ਠਾਰੀ ਚੜ੍ਹ ਗਈ, ਠੀਕ ਹੈ ਨਾ। ਇਹਦੇ ਤਾਂ ਦੋ ਵਾਰੀ ਸਨੈਕਸ ਡੰਗ ਮਾਰਤਾ ਬੱਚਾ, ਜੇ ਭੂਟੋ ਦੇ ਕਦੇ ਡੰਗ ਸੱਪ ਮਾਰ ਜਾਂਦਾ ਏਜੰਟਾਂ, ਮੈਂ ਘਰੇ ਅੱਗੇ ਤੇਰੀ ਕੰਢੀ ਨੱਪ ਦੇਣੀ। ਨਾ ਭਾਨਾ ਸਿੰਘ ਜੀ ਦੇਖੋ, ਅਸੀਂ ਆਖਿਆ ਸੀ ਵੀ ਸਰਬੀਆ ਵੀਜ਼ਾ ਫਰੀ ਕੰਟਰੀ ਆ, ਹੈ ਤੁਸੀਂ ਉੱਥੋਂ ਨਹੀਂ ਜਾਣਾ। ਨਹੀਂ ਸਰਬੀਆ 'ਚ ਅਸੀਂ ਉੱਥੇ ਸਰਬੀਆ 'ਚ ਕਰਨਾ ਕੀ ਹੈ, ਜਿਹੜੀ ਕੰਟਰੀ 'ਚ ਪੈਸਾ ਨਹੀਂ ਬਣਦਾ ਉਦੋਂ ਕੰਟਰੀ ਤਾਂ ਸਾਡੀ ਚੰਗੀ ਹੈ। ਉਹਦੇ ਰਾਹੀਂ ਜਾਣ ਨੂੰ ਕਹਿ ਰਹੇ ਸੀ, ਅੱਗੇ ਦੀ ਅੱਗੇ ਅਸੀਂ ਤੁਹਾਨੂੰ ਪਹੁੰਚਾ ਦਾਂਗੇ। ਅੱਗੇ ਤਾਂ ਫਿਰ ਪਹੁੰਚਾਇਆ ਨਹੀਂ, ਫਿਰ ਮੇਰੀ ਗੱਲ ਉੱਥੇ ਮੇਰਾ ਸਾਲਾ ਮੈਨੂੰ ਕਹਿੰਦਾ ਫਲਾਨੇ ਥਾਂ 'ਤੇ ਸਰਬੀਆ ਜਾਊਂਗੇ, ਸਰਬੀਆ ਤਾਂ ਤੁਸੀਂ ਸਾਰੀ ਭੁੱਖੇ ਨਾਲ ਅਰਬੀਆ ਵੀ ਮਿਲੀ ਸਾਨੂੰ, ਤੈਨੂੰ ਲੂਣ ਨਾ, ਸਾਨੂੰ ਮਿਰਚ, ਉੱਥੇ ਤੁਹਾਨੂੰ ਫਲਾਨਾ ਏਜੰਟ ਲਿਜਾਊ, ਫਿਰ ਫਲਾਨਾ ਏਜੰਟ ਲਿਆ, ਸਾਨੂੰ ਤਾਂ ਚੱਟੂ ਵੀ ਨਹੀਂ ਮਿਲਿਆ ਉੱਥੇ। ਕਿਹੜਾ ਆਇਆ ਤੇਰਾ ਪਿਓ ਉੱਥੇ? ਬਾਈ ਜੀ ਗੱਲ ਸੁਣੋ, ਇੱਕ ਮਿੰਟ ਗੱਲ ਸੁਣੋ, ਠੰਡੇ ਹਿਸਾਬ ਨਾਲ, ਠੰਡੇ ਦਿਮਾਗ ਨਾਲ ਯਾਰ। ਮੈਂ ਤੁਹਾਨੂੰ ਐਂ ਕਹਿਣਾ, ਮੇਰੀ ਗੱਲ ਸੁਣੋ, ਕੋਈ ਗੱਲ ਨਹੀਂ, ਡੁੱਲੇ ਵੇਰਾਂ ਦਾ ਕੁਛ ਨਹੀਂ ਯਾਰ, ਡੁੱਲੇ ਵੇਰ ਲਿਬੜ ਗਏ, ਡੁੱਲੇ ਵੇਰ ਮਿੱਟੀ 'ਚ ਪੈ ਗਏ, ਖਾਣ ਜੋਗੇ ਨਹੀਂ ਰਹੇ ਯਾਰ। ਤੁਸੀਂ ਠੰਡੇ ਰਹੋ। ਓਏ ਠੰਡਾ ਕਹਦਾ, ਮੈਂ ਗੁੱਸੇ ਨੂੰ ਬਹੁਤ ਕੰਟਰੋਲ 'ਚ ਰੱਖਿਆ। ਜੋ ਹੋਣਾ ਸੀ ਮੇਰੀ ਭੈਣ ਹੋ ਗਿਆ, ਤੁਸੀਂ ਟੈਨਸ਼ਨ ਨਾ ਲਓ। ਪਿਛਲੀ ਵਾਰੀ ਕੀ ਹੋਇਆ, ਜਿਹੜੇ ਸਾਡੇ ਡੌਂਕਰ ਸੀ ਸਾਨੂੰ ਦੇ ਗਏ ਜਵਾਬ, ਸਾਡੇ ਨਾਲ ਹੀ ਧੋਖਾ ਹੋ ਗਿਆ ਅੱਗੇ। ਓ ਜਾਂਦੇ ਯਾਰ, ਅਸੀਂ ਮੇਰੀ ਭੈਣ, ਅਸੀਂ ਕੀ ਕਰਦੇ ਨੇ, ਅਸੀਂ ਕੀ ਕਰੀਏ, ਅਸੀਂ ਭੈਣ ਦੇ ਨਹੀਂ ਗਤੀਵਿਧੀ ਬਣਾ ਕੇ ਬੈਠੋ, ਕੀ ਡਿੱਗਿਆ ਮੇਰਾ ਇਹ। ਅੱਛਾ, ਝੂਠ ਝੂਠ ਤੇ ਝੂਠ, ਝੂਠ ਤੇ ਝੂਠ ਬੋਲਦੇ ਨੇ, ਝੂਠ ਤੇ ਝੂਠ ਬੋਲੀ ਜਾਂਦੇ ਯਾਰ, ਇਹ ਗੱਲਾਂ ਨਹੀਂ ਹੁੰਦੀਆਂ। ਖੜ ਜਾਓ, ਕੁਝ ਪੈਸੇ ਸਾਡੇ ਪਹਿਲਾਂ ਵਾਪਸ ਕਰੋ, ਕੁਝ ਕਾ ਸਾਰੇ ਵਾਪਸ ਕਰੋ, ਸਾਰੇ ਪੈਸੇ ਵਾਪਸ ਕਰੋ। ਨਹੀਂ ਭੂਟੋ, ਹਲੋ ਟੋਪ ਲੈ ਅੰਦਰੋਂ ਕੱਢ ਕੇ ਟੋਪ ਲੜਾ ਭਾਨਾ ਜੀ। ਦੇਖੋ ਗੱਲ ਸੁਣੋ, ਦੇਖੋ ਜੀ, ਜਿਹੜਾ ਕੁਛ ਹੋਣਾ ਸੀ ਹੋ ਗਿਆ, ਤੁਹਾਨੂੰ ਵੀ ਪਤਾ ਪੈਸੇ ਸਾਡੇ ਕੋਲੇ ਵੀ ਨਹੀਂ, ਅਸੀਂ ਵੀ ਅੱਗੇ ਜਮ੍ਹਾਂ ਕਰਾ ਦਿੰਦੇ ਹਾਂ, ਠੀਕ ਹੈ ਨਾ। ਜੇ ਤਾਂ ਅਸੀਂ ਰੱਖਣੇ ਹੋਣ ਗੱਲ, ਤਾਂ ਸਾਡੇ ਤਾਂ ਆਪਦੇ ਰੁਪਈਏ ਡੁੱਬ ਗਏ, ਤੁਹਾਡੇ ਕਿੱਥੇ ਡੁੱਬ ਗਏ ਹੈ? ਤੂੰ ਵੱਟ ਗਿਆ, ਤੇਰੇ ਕੋਲੇ ਫਾਰਚੂਨਰ ਆ, ਮੇਰੇ ਸਾਡੇ ਕੋਲ ਟੈਂਪੂ ਵੀ ਹੈ ਨਹੀਂ। ਬਾਪੂ ਜੀ, ਸਾਡੇ ਅੱਗੇ ਡੌਂਕਰ ਸਾਡੇ ਪੈਸੇ ਲੈ ਕੇ ਭੱਜ ਗਏ, ਸਾਡੇ ਤਾਂ ਆਪ ਹੱਥ ਬੰਨ ਕੇ ਹੁਣ ਯਾਰ, ਸਾਨੂੰ ਕਿਸੇ ਦਾ ਨਹੀਂ ਪਤਾ, ਸਾਡੇ ਪੈਸੇ ਦਿਓ, ਸਾਡੇ ਪੈਸੇ ਵਾਪਸ ਕਰੋ, ਉਹ ਲਟਕੀ ਦੇ ਪੈਸੇ ਕਰੋ, 25 ਲੱਖ ਵਾਪਸ, 25-30 ਲੱਖ ਉਹਦਾ ਵਾਪਸ ਕਰੋ, ਚੁੱਪ ਕਰਕੇ, ਠੀਕ ਹੈ ਨੀ। ਨਹੀਂ ਇਹੋ ਜਿਹੀ ਗਤੀਵਿਧੀ ਕਰਾਂਗੇ, ਮੈਂ ਕਹਿੰਦਾ ਗਾਹਾਂ ਨੂੰ ਤੁਹਾਡੇ, ਮੈਂ ਪੰਜਾਬ ਤੁਸੀਂ ਖਾਲੀ ਕਰਤਾ ਸਾਡਾ, ਮੇਰੇ ਸਾਲੇ ਭੇਜ ਭੇਜ ਕੇ ਮੁੰਡੇ ਅਮਰੀਕਾ, ਕਨੇਡਾ, ਇੰਗਲੈਂਡ, ਸਾਡਾ ਪੰਜਾਬ ਖਾਲੀ ਹੋ ਚੱਲਿਆ, ਇੱਥੇ ਭਈਆਂ ਦਾ ਰਾਜ ਹੋ ਚੱਲਿਆ, ਹਰੇ ਤੁਸੀਂ ਮੇਰੇ ਸਾਡੇ ਭੈਣ ਦੇ ਅੱਛਾ ਤੇ ਸੀਛੇ ਆ ਤੁਸੀਂ। ਦੇਖੋ ਜੀ, ਹੁਣ ਭਾਨਾ ਜੀ ਮੇਰੀ ਗੱਲ ਸੁਣੋ, ਹੈ ਅਸੀਂ ਤੁਹਾਡਾ ਹੱਲ ਕੱਢ ਦਿੰਨੇ ਆ। ਕੀ ਹੱਲ ਕੀ, ਸਾਡੇ ਪੈਸੇ ਮੋੜ ਯਾਰ, ਗੱਲ ਲਿਖਾ ਦੇ ਯਾਰ, ਗੱਲ ਲਿਖਾ ਦੇ। ਇਹਦਾ ਨਹੀਂ, ਕੱਲ ਨੂੰ ਬਸ ਤੁਹਾਡਾ ਟਿੰਡ ਫੋੜੀ ਚਕਾਈ ਲੈ। ਹਲੇ ਤਾਂ ਮੈਂ ਹਲੇ ਮੈਂ ਦੱਸਦਾ, ਅੱਜ ਗੱਲ ਦੱਸਦਾ ਤੇਰੇ ਕੋਲੇ, ਪਰਸ ਚ ਉੱਥੇ ਮੈਨੂੰ ਗੁੱਸਾ ਚੜਿਆ, ਪਾਪਾ ਰੋ ਰਿਹਾ ਸੀ, ਭੂਟੋ ਰੋ ਰਹੀ ਸੀ, ਠੀਕ ਹੈ ਨਾ, ਇਹ ਮੈਨੂੰ ਗਾਲਾਂ ਕੱਢਦੇ ਸੀ ਸਾਡੇ ਪੈਸੇ ਫਸਾ ਤੇ, ਮੈਂ ਇੱਧਰੋਂ ਬੰਦੂਕ ਚੱਕ ਲਈ ਸੀ, ਮੈਂ ਮਾਰਨਾ ਰੇ, ਸੱਚੀ ਗੱਲ ਹੈ ਵੀ, ਸੱਚੀ ਸੱਚੀ ਗੱਲ। ਦੇਖੋ ਬਾਪੂ ਜੀ, ਮਾਰਨ ਮਰੋਣ ਨਾ ਕੀ ਹੋ ਜੂ, ਸਾਨੂੰ ਮਾਰ ਜੂਗੇ, ਸਾਡੇ ਪੈਸੇ ਇੱਥੇ ਸਿੱਟੋ, ਨਹੀਂ ਜਾਣ ਨਹੀਂ ਦੇਣਾ, ਇੱਥੇ ਬੰਨਾਂਗੇ ਤੁਹਾਨੂੰ ਏਜੰਟ। ਮੇਰੀ ਗੱਲ,
ਖੋਟ ਨੂੰ ਛੱਡੋ, ਸਾਡਾ ਜਿਹੜਾ ਆਪਾਂ ਕਹਿੰਦੇ 16 ਦਿਨ ਜੰਗਲਾਂ ਚ ਤੁਰੇ ਆਏ, 16 ਦਿਨ ਭੁੱਖੇ ਭਾਣੇ, ਮੇਰਾ ਸਾਲਾ ਅਸੀਂ ਤਾਂ ਜੰਗਲ ਚ ਨੀ, ਸਾਨੂੰ ਕਹਿੰਦੇ ਬਾਹਰ ਨਾ ਨਿਕਲ, ਥੋੜੇ ਪੁਲਿਸ ਗੋਲੀ ਮਾਰੂ, ਫਲਾਨਾ ਕਰੂ, ਧਮਕਾ ਕਰੂ। ਦੇਖੋ ਸਾਡੇ ਉਹ 15 ਦਿਨਾਂ ਦੇ ਪੇਮੈਂਟ ਲਾ ਕੇ ਤੇ ਸਾਡੇ ਪੈਸੇ ਦਿਓ, ਤੁਸੀਂ ਆਪਣੇ ਘਰੇ ਰਾਜੇ ਤੇ ਅਸੀਂ ਆਪਣੇ ਘਰੇ ਮਿਲਾਂਗੇ। ਦੇਖੋ ਮੇਰੀ ਗੱਲ ਸੁਣੋ ਭਾਨਾ ਜੀ, ਅਸੀਂ ਗਲਤੀ ਮੰਨਦੇ ਹਾਂ, ਸਾਥੋਂ ਜੋ ਕੁਛ ਹੋਇਆ ਥੋੜੇ ਨਾਲ ਜੋ ਕੁਛ ਹੋਇਆ, ਅਸੀਂ ਹੱਥ ਜੋੜ ਕੇ ਥੋਤੋਂ ਸਾਰਿਆਂ ਤੋਂ ਮਾਫੀ ਮੰਗਦੇ ਆ। ਸਾਨੂੰ ਮਾਫੀ ਨਾ ਥੋੜੀ ਚੱਲਣਾ, ਮਾਫੀ ਨਾ ਮੇਰਾ ਸਾਲਾ ਸਾਡਾ ਘਰ ਚੱਲ ਪੂ, ਮਾਫੀ ਨਾ ਸਾਡੇ ਸੰਤ ਮੁੜੇ ਆਉਣਗੇ, ਮਾਫੀ ਨਾ ਸਾਡਾ ਸੰਤ ਹੋ ਜੂ। ਯਾਰ ਗੱਲ ਇਹ ਸੁਣੋ ਜੀ, ਗੱਲ ਸੁਣੋ, ਕੋਈ ਨਾ ਅਸੀਂ ਹੱਲ ਕੱਢਿਆ। ਯਾ ਹੱਲ ਟੱਟੂ ਕੱਢਿਆ, ਮੁੜ ਕੇ ਫੇਰ ਕਿਸੇ ਜੰਗਲ 'ਚ ਛੱਡ ਦੇਗੇ। ਮੇਰੀ ਗੱਲ ਸੁਣੋ, ਅਸੀਂ ਹੁਣ ਕੀਤੀ ਹੈ ਨਵੇਂ ਡੋਂਕਰਾਂ ਨਾਲ, ਠੀਕ ਆ, ਤੁਹਾਡੇ ਨਾਲ ਐਗਤੀ ਤੁਹਾਨੂੰ ਮੈਂ ਗਾਰੰਟੀ ਦਿੰਨਾ, ਤੁਸੀਂ ਅਮਰੀਕਾ ਜਾਓਗੇ ਜਾਓਗੇ ਯਾਰ। ਦੇਖ ਦੇਖ ਮੇਰੀ ਗੱਲ ਸੁਣ, ਪੈਸੇ ਦੇ ਦਿਓ। ਦੂਜੀ ਗੱਲ, ਜੇ ਸਾਨੂੰ ਤੁਸੀਂ ਕਹਿੰਦੇ ਵੀ ਗਤੀਵਿਧੀ ਕਰਕੇ ਵੀ ਅਸੀਂ ਛੱਡਾਂਗੇ, ਤੁਹਾਨੂੰ ਨਾਲ ਜਾਣਾ ਪਊ। ਜਾਂ ਸਾਡੇ ਪੈਸੇ ਮੋੜ, ਮੈਸੀਕੋ ਕੰਧ ਟਪੈ, ਮੈਂ ਗੱਲ ਕਰ ਰਿਹਾ ਹੁਣ, ਚੁੱਪ ਕਰ ਜੀ ਸੁਣੋ। ਛੱਡ ਕੇ ਫੇਰ ਪੈਸੇ ਐਸੇ ਹੋ ਜਾਓਗੇ। ਗੱਲ ਤਾਂ ਸੁਣੋ, ਅਸੀਂ ਇਸ ਵਾਰ ਆਪ ਖੁਦ ਨਾਲ ਜਾਵਾਂਗੇ। ਜਹਾਜ਼ ਬਹਾਓ ਪਿੰਡੋ ਹੀ, ਅਸੀਂ ਦਿੱਲੀ ਤੋਂ ਵੀ ਚੜ੍ਹਨਾ, ਪਿੰਡੋ ਸਾਨੂੰ ਇੱਥੋਂ ਜਹਾਜ਼ ਲੈ ਕੇ ਜਾਵੇ, ਅਮਰੀਕਾ ਦੇ ਵਿੱਚ ਸਾਨੂੰ ਲਿਜਾ ਕੇ ਤਾਰੇ। ਅਸੀਂ ਨਾ ਬਾਈ ਇੱਥੇ ਜਹਾਜ਼ ਤਾਰੋ, ਜਹਾਜ਼ ਕਿਵੇਂ ਚੜਾਦਾ ਯਾਰ, ਅਸੀਂ ਰਨਵੇ ਬਣਾ ਦਿੰਨੇ ਆ, ਰਨਵੇ ਬਣਾ ਦਿੰਨੇ ਸਾਨੂੰ, ਤੂੰ ਦਿੱਲੀ ਜਾਂਦਾ ਫੇਰ ਵੇਚ ਜੀ। ਇਹ ਤਾਂ ਹੁਣ ਬਹੁਤ ਮੁਸ਼ਕਲ ਆ, ਹੁਣ ਤੁਸੀਂ ਵੀ ਸਿਆਣੇ ਹੋ ਭਾਨਾ ਜੀ, ਸਿਆਣਾ ਸੁਣਾ ਕੋਈ ਨੀ, ਮੈਂ ਕਮਲਾ ਹੋ ਗਿਆ। ਦੇਖੋ ਨਾ ਤਾਂ ਅਸੀਂ ਜਾਣਾ ਜੰਗਲਾਂ ਚ ਦੀ ਯਾਰ, ਗੱਲ ਸੁਣ, ਜਾਂ ਤਾਂ ਸਾਨੂੰ ਜਹਾਜ਼ ਤੇ ਲੈ ਕੇ ਚੱਲੋ, ਫੇਰ ਸਾਨੂੰ ਮਨਜ਼ੂਰ ਹੈ। ਗੱਲ ਸੁਣੋ, ਤੁਹਾਡੇ ਨਾਲ ਦੋ ਗੱਲਾਂ ਤੇ ਰਾਜੀ ਨਾ ਮੈਂ, ਜਾਂ ਤਾਂ ਤੁਸੀਂ ਸਾਡੇ ਨਾਲ ਚੱਲੋ, ਜਹਾਜ਼ ਚ ਇੱਥੋਂ ਲੈ ਕੇ ਚੱਲੋ, ਜਹਾਜ਼ ਮੈਂ ਚਲਾਉ, ਮੈਂ ਆਪ ਜਹਾਜ਼ ਚਲਾਉ, ਲੈ ਮੈਂ ਰੇਲ ਗੱਡੀ ਚਲਾ ਲਾ, ਜਦੋਂ ਮੈਂ ਟਰੈਕਟਰ ਚਲਾ ਲਿਆ ਜਹਾਜ਼ ਤੇ, ਟਰੈਕਟਰ ਚ ਸੁੱਡਲੇ ਵਾਲਾ ਫਰਕ ਨੀ, ਤੂੰ ਰਹਿ ਠੀਕ ਨੇ, ਜਹਾਜ਼ ਵੀ ਮੈਂ ਚਲਾਉ, ਜੇ ਜਹਾਜ਼ ਮੈਂ ਨੀ ਚਲਾਉਣਾ ਤੇ ਤੁਹਾਨੂੰ ਨਾਲ ਵੀ ਜਾਣਾ ਪਊ ਤੇ ਜੰਗਲਾਂ ਚ ਵੀ ਨੀ ਜਾਣਾ। ਦੇਖੋ ਭਾਨਾ ਜੀ, ਦੇਖੋ ਹੱਲ ਹੋਰ ਕੋਈ ਨੀ ਹੈਗਾ, ਹੈ ਕੋਈ ਹੱਲ ਨਹੀਂ। ਦੇਖੋ ਅਸੀਂ ਤੁਹਾਡੇ ਨਾਲ ਚੱਲਾਂਗੇ ਚੱਲਾਂਗੇ, ਪਰ ਆਪਾਂ ਜੰਗਲਾਂ ਵਿੱਚ ਦੀ ਤੁਸੀਂ ਫਿਕਰ ਨਾ ਕਰੋ, ਮੈਂ ਪਹਿਲਾਂ ਵੀ 5-7 ਬੰਦੇ ਛੱਡ ਕੇ ਆਇਆ, ਹੁਣ ਵੀ ਤੁਹਾਨੂੰ ਮਨਜ਼ੂਰ ਹੈ। ਹਾਂਜੀ, ਮੇਰੀ ਗੱਲ ਸੁਣ ਲਓ ਇੱਕ ਭਾਈ, ਲੈ ਚੱਲਿਓ ਜੰਗਲਾਂ ਵਿੱਚ ਦੀ, ਜਿਹੜੇ 19 ਲੱਗਣਗੇ, ਖਾਣ ਪੀਣ ਤੋਂ ਲੈ ਕੇ ਸਾਰਾ ਖਰਚਾ ਤੁਹਾਡਾ, ਅਸੀਂ ਇੱਕ ਦਿਨ ਭੁੱਖੇ ਨਹੀਂ ਰਹਿਣਾ, ਇੱਕ ਦਿਨ ਭਾਣੇ ਨਹੀਂ ਰਹਿਣਾ, ਸਾਨੂੰ ਤੁਸੀਂ
ਅਮਰੀਕਾ ਦੇ ਵਿੱਚ ਜਦੋਂ ਵਾੜ ਗਏ ਫੇਰ ਸਾਨੂੰ ਕੋਈ ਇਤਰਾਜ ਨਹੀਂ, ਠੀਕ ਹੈ? ਨਹੀਂ ਜੀ ਨਹੀਂ, ਕਦੋਂ ਜਾਣਾ, ਕਦੋਂ ਹੈ? ਤੁਹਾਨੂੰ ਮੈਂ ਤੁਸੀਂ ਕੱਲ ਦੀ ਤਿਆਰੀ ਰੱਖ ਲਓ। ਬਸ ਠੀਕ ਹੈ, ਤੁਸੀਂ ਕੱਲ ਨੂੰ ਆਪਾਂ ਕਿੰਨੇ ਵਜੇ ਦੱਸ, ਕਿਉਂ ਵੀ ਪੂਟੋ ਠੀਕ ਹੈ, ਤੁਸੀਂ ਅੱਜ ਆਪਣੇ ਬੈਗ ਪੈਕ ਕਰੋ। ਬੈਗ ਤਾਂ ਸਾਡੇ ਯਾਰ ਪੈਕ ਪਏ ਆ, ਸਾਡੀ ਤੁਸੀਂ ਦੁਬਾਰਾ ਡੌਂਕੀ ਲਵਾਓ। ਉਹੀ ਪਿਆ ਹੋਰ, ਬਸ ਇਹ ਪੱਕਾ ਗਾ, ਐਗਦੀ ਇੰਨਾ ਪੱਕਾ, ਤੁਹਾਨੂੰ ਮੈਂ ਕੰਧ ਆਪ ਆਪਦੇ ਮੋਢੇ ਤੇ ਬਿਠਾ ਕੇ ਟੱਪਾਂ ਪਰ ਜੀ ਟੱਪਦਾ ਆਪ ਜਾਵਾਂ, ਠੀਕ ਹੈ ਨਾ? ਇੱਕ ਮੌਕਾ ਦੇ ਦਿੰਦਾ ਤੁਹਾਨੂੰ, ਇੱਕ ਮੌਕਾ ਦਿੰਨੇ ਆ, ਠੀਕ ਹੈ? ਠੀਕ ਹੈ ਜੀ, ਹਾਂ ਹਾਂ ਠੀਕ ਹੈ ਬਾਬਾ। ਕਿੰਨੇ ਵਜੇ ਤਿਆਰ ਹੋਈਏ ਕੱਲ ਨੂੰ? ਮੈਂ ਕਹਿੰਦਾ ਅਸੀਂ ਤਿਆਰ, ਤੁਸੀਂ ਤਿਆਰ ਹੋ ਜਾਓ 10 ਵਜੇ ਨੂੰ। ਬਸ ਅਸੀਂ 10 ਵਜੇ ਪੁੱਛਾਂਗੇ, ਠੀਕ ਹੈ ਜੀ? ਕੱਲ ਨੂੰ ਡੰਕੀ ਲਾਉਣ ਚੱਲਣਾ ਤੁਹਾਨੂੰ, 10:30 ਨੂੰ ਆਪਾਂ ਇੱਥੋਂ ਨਿਕਲ ਜਾਾਂਗੇ। ਬਸ ਠੀਕ ਹੈ ਜੀ, ਤੁਸੀਂ ਹੁਣ ਬੇਫਿਕਰ ਹੋ ਜਾਓ। ਬਸ ਠੀਕ ਆ ਜਾਓ, ਕਰੋ ਤਿਆਰੀ ਫਿਰ। ਬਸ ਠੀਕ ਹੈ, ਠੀਕ ਹੈ ਨਾ? ਠੀਕ ਹੈ, ਇਹ ਨਾ ਹੋਵੇ ਕਿਤੇ ਮੁੜ ਕੇ ਸਾਡੇ ਨਾਲ ਫੇਰ ਦੁਬਾਰਾ ਬੇਫਿਕਰ ਹੋ ਜਾਓ। ਹਾਂ ਆਹੋ, ਆਪਣੇ ਪ੍ਰੈਸ ਕਰਦੇ।